ਤੁਸੀਂ ਅਗਰ ਘਰੇਲੂ ਆਟਾ ਚੱਕੀ ਲੈਣਾ ਚਾਹੁੰਦੇ ਹੋ ਘਰ ਦੇ ਵਿੱਚ ਹੀ ਕਣਕ ਪੀਸ ਕੇ ਉਸ ਦਾ ਆਟਾ ਖਾਣਾ ਚਾਹੁੰਦੇ ਹੋ ਤਾਂ ਹੁਣ ਲੁਧਿਆਣੇ ਜਾਣ ਦੀ ਲੋੜ ਨਹੀਂ ਹੈ ਤੁਹਾਨੂੰ ਬਠਿੰਡੇ ਹੀ ਇੱਥੇ ਸ਼ੋਰੂਮ ਖੋਲ੍ਹ ਦਿੱਤਾ ਹੈ ਗਰੇਵਾਲ ਜੀ ਨੇ ਕਹਿੰਦੇ ਬਠਿੰਡੇ ਵਾਲੇ ਪਹਿਲਾਂ ਰਫਲਾਂ ਰੱਖਣ ਦੇ ਸ਼ੌਂਕੀ ਸੀ ਹੁਣ ਤੁਸੀਂ ਚੱਕੀਆਂ ਰੱਖਣ ਦੇ ਸ਼ੌਂਕੀ ਬਣਾ ਦੇ ਬਿਲਕੁਲ ਬਿਲਕੁਲ ਜੀ ਇਹ ਅਸੀਂ ਚੱਕੀਆਂ ਜਿਹੜੀਆਂ ਇਹ ਸਾਰੇ ਪੰਜਾਬ ਨੂੰ ਬਣਾਵਾਂਗੇ ਬਠਿੰਡੇ ਵਾਲਿਆਂ ਨੂੰ ਨਹੀਂ ਇਕੱਲਿਆਂ ਨੂੰ ਸਾਰੇ ਪੰਜਾਬ ਨੂੰ ਅਸੀਂ ਚੱਕੀਆਂ ਰੱਖਣ ਦੇ ਸ਼ੌਂਕੀ ਬਣਾਵਾਂਗੇ ਜੀ ਔਰ ਇਸ ਕਣਕ ਦਾ ਪੂਰੀ ਤਰ੍ਹਾਂ ਇਹਨੇ ਆਟਾ ਬਣਾ ਦੇਣਾ ਔਰ ਇੰਨੀ ਜਲਦੀ ਔਰ ਇਹ 1 ਘੰਟੇ ਦੇ ਵਿੱਚ ਕਿੰਨਾ ਆਟਾ ਤਿਆਰ ਕਰ ਦਿੰਦੀ ਹੈ 1 ਘੰਟੇ ਦੇ ਵਿੱਚ 10 ਕਿਲੋ ਆਟਾ ਤਿਆਰ ਕਰ ਦਿੰਦੀ ਹੈ 1 ਘੰਟੇ ਦੇ ਵਿੱਚ 10 ਕਿਲੋ ਆਟਾ ਇਹ ਇਸ ਤਰ੍ਹਾਂ ਤਿਆਰ ਕਰ ਦਿੰਦੀ ਹੈ ਤੇ ਅਸੀਂ ਚਾਹੁੰਦੇ ਹਾਂ ਵੀ ਲੋਕਾਂ ਨੂੰ ਐਸੀ ਚੀਜ਼ ਦਈਏ ਵੀ ਲੋਕ ਆਪਣੀਆਂ ਉਮਰ ਹੰਡਾ ਜਾਣ ਪਰ ਸਾਡੀ ਚੀਜ਼ ਹੈ ਜਿਹੜੀ ਉਹ ਖਰਾਬ ਨਾ ਹੋਵੇ ਜਿਹੜਾ ਬੰਦਾ 1 ਲੈ ਕੇ ਜਾਂਦਾ ਜੀ ਉਹਦੇ ਪਿੰਡ 'ਚ 10 ਚੱਕੀਆਂ ਜਾਂਦੀਆਂ ਨੇ ਔਰ ਇਹਨਾਂ ਲੋਕਾਂ ਨੇ ਕਿਹਾ ਪਿਆਰ ਫੌਜੀ ਵੀਰਾਂ ਦਾ ਇੰਨਾ ਵੱਡਾ ਹੰਗਾਰਾ ਆ ਜਿਹੜੇ ਫੌਜ 'ਚ ਨੇ ਮੁੰਡੇ ਇਹਦੇ ਵਿੱਚ ਆਪਾਂ ਬੇਸਨ ਤਿਆਰ ਕਰ ਸਕਦੇ ਹਾਂ ਅੱਛਾ ਜੀ ਮੱਕੀ ਦਾ ਆਟਾ ਬਣਾ ਸਕਦੇ ਹਾਂ ਵਾਹ ਜੀ ਵਾਹ ਹਾਂਜੀ ਆਪਾਂ ਹਲਦੀ ਪੀਸ ਸਕਦੇ ਹਾਂ ਦੇਖੋ ਜਿਵੇਂ ਹੁਣ ਇਹਦੇ ਵਿੱਚ ਛੋਲਿਆਂ ਦੀ ਦਾਲ ਆਪਾਂ ਪਾ ਦਿੱਤੀ ਹੈ ਇਸ ਦਾ ਵੀ ਇਸਨੇ ਬੇਸਨ ਬਣਾ ਦੇਣਾ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਰੇਵਾਲ ਸਾਹਿਬ ਜੀ ਨੂੰ ਸ਼ਾਇਦ ਤੁਸੀਂ ਹੁਣ ਸਾਰੇ ਜਾਣਨ ਹੀ ਲੱਗੇ ਹੋਵੋਗੇ ਲੁਧਿਆਣੇ ਵਾਲੇ ਗਰੇਵਾਲ ਜੀ ਜੋ ਆਟਾ ਚੱਕੀ ਵਾਲੇ ਔਰ ਇਹਨਾਂ ਨੂੰ ਤੁਸੀਂ ਇੰਨਾ ਪਿਆਰ ਦਿੱਤਾ ਹੈ ਕਿ ਉਸ ਤੋਂ ਬਾਅਦ ਹੁਣ ਇਹਨਾਂ ਨੇ ਆਪਣੀ ਇੱਕ ਨਵੀਂ ਬ੍ਰਾਂਚ ਬਠਿੰਡਾ ਵਿਖੇ ਖੋਲ੍ਹ ਦਿੱਤੀ ਹੈ ਜਿਹਾਂ ਬਠਿੰਡਾ ਪੰਜਾਬ ਦੇ ਵਿੱਚ ਆਪਣੀ ਇੱਕ ਨਵੀਂ ਦੁਕਾਨ ਦੀ ਅੱਜ ਓਪਨਿੰਗ ਕੀਤੀ ਹੈ ਗਰੇਵਾਲ ਜੀ ਪਹਿਲਾਂ ਤਾਂ ਵਧਾਈਆਂ ਤੁਹਾਨੂੰ ਬਹੁਤ ਬਹੁਤ ਹਾਂ ਤੁਹਾਨੂੰ ਵੀ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਡਿਜੀਟਲ ਲਾਈਫ ਪੰਜਾਬ ਦਾ ਤੁਸੀਂ ਬਠਿੰਡੇ ਚੇਚੇ ਤੌਰ ਤੇ ਇੱਥੇ ਸਾਡੇ ਨਵੇਂ ਸ਼ੋਰੂਮ ਦੇ ਵਿੱਚ ਆਏ ਬਹੁਤ ਹੀ ਭਰਵਾਂ ਹੰਗਾਰਾ ਤੇ ਹਲਾਰਾ ਸਾਨੂੰ ਪੂਰੇ ਪੰਜਾਬ ਚੋਂ ਔਰ ਵਿਦੇਸ਼ਾਂ ਚੋਂ ਮਿਲਿਆ ਔਰ ਲੋਕਾਂ ਨੇ ਮਤਲਬ ਸਾਡਾ ਕਨਸੈਪਟ ਸਮਝ ਲਿਆ ਜਿਹੜੇ ਲੋਕ ਜਾਣਦੇ ਨੇ ਕਿ ਅਸੀਂ ਤਾਜ਼ਾ ਖਾਣਾ ਤੇ ਤਾਜ਼ਾ ਆਪਦਾ ਪੀਸ ਕੇ ਜਿਹੜਾ ਅਨਾਜ ਹੈ ਵਰਤਣਾ ਆ ਉਹ ਲੋਕ ਇਸ ਕਨਸੈਪਟ ਨੂੰ ਬਹੁਤ ਜਲਦੀ ਫੋਲੋ ਕਰ ਗਏ ਔਰ ਸਾਨੂੰ ਬਹੁਤ ਪਿਆਰ ਦਿੱਤਾ ਲੋਕਾਂ ਨੇ ਔਰ ਇਹ ਲਾ ਲਓ ਵੀ ਸਾਨੂੰ ਦਿਹਾੜੀ 'ਚ ਹਜ਼ਾਰ ਫੋਨ ਆਉਂਦੇ ਨੇ ਲੋਕ ਸਾਡੇ ਕੋਲ ਪਹੁੰਚ ਕਰਦੇ ਸਾਡੇ ਕੋਲੋਂ ਮਾਲ ਨਹੀਂ ਉਹਨਾਂ ਮਤਲਬ ਤਿਆਰ ਹੋ ਰਿਹਾ ਜਿੰਨਾ ਸਾਨੂੰ ਲੋਕਾਂ ਦਾ ਰਿਸਪੋਂਸ ਮਿਲਿਆ ਸੋ ਬਠਿੰਡਾ ਬੈਲਟ ਸੀ ਜਿਹੜੀ ਇਹਨੂੰ ਕਾਫੀ ਦੂਰ ਪੈਂਦੇ ਸੀ ਲੁਧਿਆਣਾ ਔਰ 2000 ਦੇ ਕਰੀਬ ਜਿਹੜਾ ਕਿਰਾਇਆ ਜਿਹੜਾ ਆ ਉਹ ਹਰੇਕ ਜਿਹੜਾ ਕਸਟਮਰ ਸੀ ਉਹਨੂੰ ਪੈਂਦਾ ਸੀਗਾ ਸੋ ਅਸੀਂ ਉਹਨਾਂ ਦੀ ਸਹੂਲਤ ਦੇ ਲਈ ਇਹ ਸ਼ੋਰੂਮ ਅਸੀਂ ਬਠਿੰਡਾ ਦੇ ਵਿੱਚ ਲੈ ਕੇ ਆਏ ਹਾਂ ਔਰ ਬਠਿੰਡਾ ਦੇ ਵਿੱਚ ਵੀ ਐਸੀ ਲੋਕੇਸ਼ਨ ਹੈ ਗ੍ਰੀਨ ਪੈਲਸ ਰੋਡ ਹੈ ਮਸ਼ਹੂਰ ਰੋਡ ਹੈ ਬਠਿੰਡੇ ਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਗੁਰਦੁਆਰਾ ਨੁੱਕਰਦੇ ਆ ਉਹ ਰੋਡ ਜਿਹੜੀ ਫੇਸ 3-4 ਨੂੰ ਮਾਡਲ ਟਾਊਨ ਨੂੰ ਜਾਂਦੀ ਹੈ ਗ੍ਰੀਨ ਪੈਲਸ ਰੋਡ ਬਹੁਤ ਮਸ਼ਹੂਰ ਰੋਡ ਹੈ ਸਾਰੇ ਮੈਰਿਜ ਪੈਲਸ ਨੇ ਇਸ ਰੋਡ ਦੇ ਉੱਪਰ ਸੋ ਬਹੁਤ ਖੁਸ਼ੀ ਦੀ ਗੱਲ ਹੈ ਵੀ ਇਹ ਬੜੀ ਮੌਕੇ ਦੀ ਜਗ੍ਹਾ ਆ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਸਾਨੂੰ ਇਹ ਦੁਕਾਨ ਮਿਲ ਗਈ ਹੈ ਔਰ ਇੱਥੇ ਪਹੁੰਚਣਾ ਜਿਹੜਾ ਆ ਇਸ ਇਲਾਕੇ ਨੂੰ ਬਹੁਤ ਸੌਖਾ ਹੋ ਗਿਆ ਮਲੋਟ ਮਾਨਸਾ ਗਿੱਦੜਵਾਹਾ ਤਲਵੰਡੀ ਸਾਬੋ ਮੌੜ ਮੰਡੀ ਮਾਨਸਾ ਰਾਮਪੁਰਾ ਫੂਲ ਬਾਜਾ ਖਾਨਾ ਇਹ ਏਰੀਏ ਤੋਂ ਬਹੁਤ ਕਾਲਸ ਆਉਂਦੀਆਂ ਸੀ ਸਾਨੂੰ ਲੋਕ ਕਹਿੰਦੇ ਸੀ ਵੀ ਅਸੀਂ ਆਉਣਾ ਲੁਧਿਆਣੇ ਅਸੀਂ ਉਹਨਾਂ ਨੂੰ ਰੋਕੀ ਰੱਖਿਆ ਵੀ ਇੱਥੇ ਰੁਕ ਜਾਓ ਤੁਸੀਂ ਅਸੀਂ ਬਠਿੰਡੇ ਤੁਹਾਨੂੰ ਬਹੁਤ ਜਲਦ ਇੱਕ ਵਧੀਆ ਐਕਸਕਲੂਸਿਵ ਸ਼ੋਰੂਮ ਜਿਹੜਾ ਆ ਉਹ ਉਹਨਾਂ ਵਾਸਤੇ ਲੈ ਕੇ ਆਏ ਹਾਂ ਜੀ ਹੁਣ ਤੁਸੀਂ ਅਗਰ ਘਰੇਲੂ ਆਟਾ ਚੱਕੀ ਲੈਣਾ ਚਾਹੁੰਦੇ ਹੋ ਘਰ ਦੇ ਵਿੱਚ ਹੀ ਕਣਕ ਪੀਸ ਕੇ ਉਸ ਦਾ ਆਟਾ ਖਾਣਾ ਚਾਹੁੰਦੇ ਹੋ ਤਾਂ ਹੁਣ ਲੁਧਿਆਣੇ ਜਾਣ ਦੀ ਲੋੜ ਨਹੀਂ ਹੈ ਤੁਹਾਨੂੰ ਬਠਿੰਡੇ ਹੀ ਇੱਥੇ ਸ਼ੋਰੂਮ ਖੋਲ੍ਹ ਦਿੱਤਾ ਹੈ ਗਰੇਵਾਲ ਜੀ ਨੇ ਬਹੁਤ ਹੀ ਨਜ਼ਦੀਕ ਸਾਹਮਣੇ ਚੌਂਕ ਪੈਂਦਾ ਹੈ ਔਰ ਸਾਹਮਣੇ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਸਾਹਿਬ ਹੈ ਗ੍ਰੀਨ ਪੈਲਸ ਰੋਡ ਬਠਿੰਡਾ ਦੇ ਉੱਪਰ ਹੁਣ ਮਾਨਸਾ ਵਾਲੇ ਨੇ ਚਾਹੇ ਰਾਮਪੁਰੇ ਵਾਲੇ ਨੇ ਮਲੋਟ ਵਾਲੇ ਨੇ ਅਬੋਹਰ ਵਾਲੇ ਨੇ ਗੰਗਾਨਗਰ ਵਾਲੇ ਨੇ ਰਾਜਸਥਾਨ ਨੂੰ ਵੀ ਨਜ਼ਦੀਕ ਹੋ ਗਿਆ ਹੁਣ ਤੁਹਾਡੇ ਸਭ ਲਈ ਸਹੂਲਤ ਹੈ ਵੀ ਤੁਸੀਂ ਆਟਾ ਚੱਕੀ ਲੁਧਿਆਣੇ ਦੀ ਬਜਾਏ ਇੱਥੇ ਆ ਕੇ ਦੇਖ ਕੇ ਲਿਜਾ ਸਕਦੇ ਹੋ ਕਿਸ ਤਰ੍ਹਾਂ ਦੀ ਆਟਾ ਚੱਕੀ ਹੋਣ ਵਾਲੀ ਹੈ ਉਹ ਵੀ ਗਰੇਵਾਲ ਜੀ ਨੂੰ ਕਿੰਨੇ ਸਾਨੂੰ ਦਿਖਾਉਣਗੇ ਜੀ ਗਰੇਵਾਲ ਜੀ ਹਾਂਜੀ ਆਓ ਜੀ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਇਹ ਸਾਡੇ ਕੋਲ ਮਾਡਲ ਹੈ ਜੀ ਈਗਲ ਮਾਡਲ ਹੈ ਜਿਹਨੂੰ ਬੜਾ ਪਿਆਰ ਸਤਿਕਾਰ ਮਿਲਿਆ ਆ ਇਹ ਹਾਈਡ੍ਰੋਲਿਕ ਡੋਰ ਵਾਲਾ ਸਾਡਾ ਜਿਹੜਾ ਪੀਸ ਹੈ ਇਹ ਬਹੁਤ ਅੱਛੀ ਸੇਲ ਹੈ ਇਹਦੀ ਸੋ ਇਸ ਤੋਂ ਬਾਅਦ ਸਾਡਾ ਇਹ ਸਪੈਰੋ ਮਾਡਲ ਹੈ ਜਿਵੇਂ ਪੰਜਾਬ 'ਚੋਂ ਚਿੜੀ ਖਤਮ ਹੋ ਗਈ ਨਾ ਚਿੜੀਆਂ ਤੁਸੀਂ ਦੇਖਦੇ ਹੋ ਦੇਖਦੀਆਂ ਨਹੀਂ ਉਵੇਂ ਸਾਡਾ ਇਹ ਮਾਡਲ 300 ਪੀਸ ਸਾਡੇ ਕੋਲ ਪਿਆ ਸੀ 2 ਦਿਨਾਂ 'ਚ ਹੀ ਫੁਰਰ ਹੋ ਗਿਆ ਸੋ ਇਹ ਬਹੁਤ ਅੱਛੀ ਡਿਮਾਂਡ ਹੈ ਇਹਦੀ ਬਹੁਤ ਵਧੀਆ ਸਾਡੀ ਸੇਲ ਹੈ ਇਹਦੀ ਉਸ ਤੋਂ ਬਾਅਦ ਸਾਡਾ ਇਹ ਮਾਡਲ ਹੈ ਜੀ ਇਹ ਕਲਰਫੁੱਲ ਹੈ ਲੇਡੀਜ਼ ਬਹੁਤ ਪਸੰਦ ਕਰਦੀਆਂ ਨੇ ਸੋ ਇਹਦੇ ਵਿੱਚ ਮਲਟੀ ਕਲਰ ਸਾਡੇ ਕੋਲ ਮਤਲਬ ਮਾਲ ਹੈ ਜਿਹੜਾ ਉਹ ਰੈਗੂਲਰ ਸਾਡੇ ਕੋਲ ਮਿਲਦਾ ਰਹੂਗਾ ਤੁਹਾਨੂੰ ਇਹ ਮਿਤਾਲੀ ਹੈ ਸਾਡਾ ਪੀਸ ਇਹਦਾ ਇਹਨੂੰ ਵੀ ਬਹੁਤ ਪਿਆਰ ਹੈ ਮਿਲਿਆ 100% ਜਿਹੜੇ ਕਾਪਰ ਦੇ ਵਿੱਚ ਬਣੇ ਹੋਏ ਪੀਸ ਨੇ ਮਾਲ ਸਾਡੇ ਕੋਲ ਸਸਤੇ ਤੋਂ ਬਹੁਤ ਸਸਤਾ ਮਿਲ ਜੂ ਔਰ ਵਧੀਆ ਤੋਂ ਵਧੀਆ ਚੀਜ਼ ਲੈ ਕੇ ਲੋਕਾਂ ਦੀ ਕਚਹਿਰੀ 'ਚ ਪੇਸ਼ ਹੋਵਾਂਗੇ ਜੀ ਪਰ ਆਟਾ ਚੱਕੀ ਜੋ ਤੁਹਾਡੇ ਤੋਂ ਲੈ ਕੇ ਗਏ ਨੇ ਉਹਨਾਂ ਦੀ ਆਵਾਜ਼ ਕੋਲ ਵੀ ਆਉਂਦੀ ਹੈ ਵੀ ਕਿੰਨਾ ਫਾਇਦਾ ਹੋਇਆ ਆਟਾ ਚੱਕੀ ਨਾਲ ਜਿਹੜਾ ਬੰਦਾ 1 ਲੈ ਕੇ ਜਾਂਦਾ ਜੀ ਉਹਦੇ ਪਿੰਡ 'ਚ 10 ਚੱਕੀਆਂ ਜਾਂਦੀਆਂ ਨੇ
इन्ह लोगों ने कहा प्यार फौजी वीर का इन्ना बड़ा हंगारा है जोड़े फौज च ने मुंडे वो कहें साडे घर साढ़े परिवार वालों भाई आटा पसाण जाते हैं इन्ना बुरा हाल है अमृतसर वाल जोड़ा एरिया है अमृतसर का उस एरिए इन्नी मैं हैरान हो गया कॉल अटेंड कर करके तरन तरन एरिया अपना पट्टी का इलाका सो जिन्ना भी खेमकरण का इलाका है सारे लोग चक्की बहुत प्यार दे रहे हैं और लगातार सानू कह रहे किसी पिंड से अभी पांच चक्किया भेजनिया ने किसी पिंड से अभी दस चक्किया भेजनिया ने तो साढ़े तो डिमांड पूरी नहीं हो पा रही सो सानू उम्मीद है दिवाली का त्यौहार लंघा लीए असी पंजाब के घर घर के चक्की लेके जावे वो विदेशों चो मुंडे जोड़े विदेशों बैठे ने वो अपने मापियां सरप्राइज़ कर रहे हैं वो अपन मिसेज जिन्हें घर वाली और कलिया ने उन्होंने सरप्राइज़ दे रहे हैं भी तुम आपका बहर आटा पसाने जाना गरेवाल की चक्की तो हम घर ही आटा पीसना है जी ये बिल्कुल सही गल है गरेवाल जी की जो चक्की है वह पूरे इंडिया के मशहूर हो गई है और इस चक्की नूं अगर बठिंडे एरिए दे विच लैना चाहते हो मानसा है रामपुरा है बरनाला है संगरूर है और कोटकपुरा है अबोर है मलोट है उस तो नज़दीक मोड़ मंडी है सरदूलगढ़ है एरिए बहुत एरिए है जिन्हों हूँ बठिंडा बहुत नेड़े है और ये चक्की नू अपने तुसी घर ले जा सकते हो ये चक्की क्यों गरेवाल जी कह रहे नहीं भी लोगों का इन्ना प्यार मिले ये चक्की का काम ही इन्ना वधिया है चक्की नू घरे ले जा के तुसी जो कणक पीसनी है ना उदू बाद जो रोटी खानी है तो तुहानू आनंद आजूगा एक चक्की मैं भी इन्हों तो लै गया घर जाके जो हुण रोटी खाने तो हुण मैनू अपने पिंड सरदूलगढ़ की याद आ जाती असी उस तरह रोटियां उत्थे खाया करते जिहड़ियां लुधियाने नहीं मिलदियां बहुत सारे लोगों को होर भी ये दिक्कत रहिंदी होगी पर वो दिक्कत बिल्कुल खत्म हो जूगी बहुत ज़्यादा वधिया क्वालिटी के फुल गरंटी के देंगे ने इन की गरंटी कितनी आती है सर इन्हां दी 5 साल की वरंटी असीं दिंदे हां जी मोटर की हर प्रकार की वरंटी है कोई थोड़ा दिक्कत नहीं आने दे असी कला वरंटियां भुगतान तक नहीं असी तो लोगों का प्यार चाहते हैं मैं थोड़ा पहला भी बेनती की थी भी असी लोगों ना एक परिवारक रिश्ता चाहते हैं पंजाब के लोगों का और साडा मोटिव जिहड़ा है वह कस्टमर का उन्हां नाल नहीं हुंदा असी गाहक वांगू डील नहीं करते असी एक परिवार वांगू डील करते हैं ता ही साडे नाल जिहड़ा इन्ना वड्डा प्यार जिहड़ा हंगारा सानू मिलिया वो यही कारण है भी लोगों ने साडे प्रोडक्ट नूं तां प्यार दिता ही दिता सानू आप नूं भी बहुत सत्कार दिता है जी जिथे मैं विदेशों वसदे वीरां दा धन्नवाद करदा उत्थे मैं अपने जीवन साथी का भी बहुत धन्नवादी हाँ इन्होंने मोढ़े ना मोढ़ा ला के मेरा जो साथ दिता इस कारोबार नूं अग्गे वधाउण दे विच इन्हां दा बहुत वड्डा योगदान है क्योंकि ये घर दे विच वरतदे सीगे इन्होंने मैनूं कहा जो मैं लॉकडाउन दे दिनां वड्डियां चक्कियां देखियां ना चूहे मरे देखे आ किरलियां मरियां देखियां जां अनाज खराब होया विच देखिया तां इन्हां ने मैनूं कहा भी तुसीं लोकां नूं प्रेरित क्यों नहीं करदे भी तुसीं इन्ने सोशल वर्क होर करदे हो इन्ने धरने थां थां ते लाउंदे हो तुसीं लोकां नूं इस काम लई प्रेरित क्यों नहीं करदे सो इह बहुत वड्डा योगदान है इन्हां दा मैं बहुत धन्नवादी हाँ ये बठिंडा शहर इन्हों का शहर है मैं इन्हों अज तो 16 साल पहला इतों लैके गया सी अज इस थान के उपर एक बड़ा शोरूम खोलन का सारा यही कारण है भी जी बैल्ट है जिन्होंने मैनू इन्ना वधिया जीवन साथी दिता मैं उन्होंने सेवा अगे भी कर सका जी जी बिल्कुल हाँ जी हाँ जी ये चक्की किस तरह काम करती है वह भी मैडम जी तो पूछेंगे हाँ जी जी मैडम सत श्रीकाल जी आप जिस तरह लुधियाने दिखाई सी भी चक्की किस तरह काम करती है तो मैं चाहता हूँ तुम अपने घर आए हो या अपने पिंड आए हो बठिंडे हाँ जी हाँ बठिंडे वाले ने भी दिखाओ चक्की किस तरह काम करती है ठीक है सर आप जरूर डेमो देवांगे तुम सुन रहे हो जी जी बीप सर जब आप स्विच ऑन करते हैं तो बीप जी जी बिल्कुल साउंड करती है आप सर ये आप मटीरियल पा देना कोई भी मटीरियल चाहिए अपन ये आप अलग अलग जालियाँ मिलती ने सर उन्होंने उपर नंबर मैनशन होंगे ने जालिया के नाल ही नंबर इतने भी मैनशन होंगे ने कि आप किस नंबर की जाली नाल की चीज़ पीस सकते हैं ठीक है ना जिमें इतने सारा देखो लिखिया एक नंबर जाली है वीट राइस फिंगर मिलेट आप जो भी एक नंबर जाली नाल आप पीस सकते हैं मोटा पतला जो भी है ये जालियाँ अलग अलग आ जाए ने अपने तुम देख सकते हो इस तरह दियाँ जालियाँ ये नाल आदि ने तुम ये कणक तो आटा बनाना है या फिर कोई चनिया तो बेसन बनाना है जां इसका दलिया बनाना हर तरह दियाँ उस तरह जालियां है जिन्ना कि तुहानू आटा मोटा चाहिए पतला चाहिए जां इसका मैदा बनाना हर एक चीज़ ये चक्की दे विच बन जाती है किस तरह वर्क करती है थोड़ा होर डिटेल दे विच तुहानू समझाने हैं हाँ जी सर डोर ओपन करना है जी जी इतना खोल के ये जाली इत्थे फिट कर देनी है ओके जी बहुत ईजी प्रोसैस है ठीक है जी और इहनू बंद कर दो डोर हाइड्रोलिक है पूरी तरह आटा बना देना है और इन्नी जल्दी
और एक घंटे दे विच किन्ना आटा तैयार कर दिंदी है? एक घंटे दे विच 10 किलो आटा तैयार कर दिंदी है। एक घंटे दे विच 10 किलो आटा है इस तरह तैयार कर दिंदी है। तुसीं देखदे हो कणक किस तरह अंदर जा रही है और इसका नीचे डब्बे दे विच मैनूं लगदा आटा बन गया होगा। नीचे जो रख्या होया सी बॉक्स उहदे विच चले जाणा। ये देखो तुसीं आटा देखो इस दे जिन्ने कि आपां इहदे विच कणक पाई सी उसका आटा बन के बिल्कुल तैयार हो गया है। और ये आपां 100% कह सकते हैं भी असीं कणक पाई सी और आटा बाहर आया, इहदे विच मिल के कुछ नहीं आया क्योंकि आपां अपनियां अक्खां नाल देखिया होया है। और अक्खां नाल देखे तो परफेक्ट तां मैनूं लगता और कुछ हो ही नहीं सकता। इसलिए ये जरूरी है आटा चक्की मिलावट तो बचने लिए और सेहत का ध्यान रखने लिए ये आटा चक्की तुहानूं जरूर लेनी चाहिए है। इस तों इलावा मैडम होर इहदे विच की आइटम आप पीस सकते हैं? सर इहदे विच आपां बेसन तैयार कर सकते हैं। अच्छा जी। मक्की का आटा बना सकते हैं। वाह जी वाह। हाँ जी आपां हल्दी पीस सकते हैं। देखो जिवें हुण इहदे विच छोलियां दी दाल आपां पा दित्ती है इसका भी इसने बेसन बना देना है। सर आपां मेन गल जो है वो मल्टीग्रेन आपां तैयार कर सकते हैं जो अपनी सेहत दे लिए अजकल बहुत जरूरी है। एक मुठ्ठी तुसी कणक दी पाओ, एक मुठ्ठी काले छोलियां दी पाओ, एक मुठ्ठी छोलियां दी दाल दी पाओ, वो तुहाडा मल्टीग्रेन आटा जो है तैयार हो जाऊगा घर ही तुहाडे लई। देख सकते हो इसी तरह जिवें कणक इस दे अंदर चली गई सी हुण इह चनियां दी दाल भी इहदे अंदर चली गई है। तुसी इहदे विच चने भी मिला सकते हो, किसी ने मतलब छिलके समेत ही इसनूं पीसना होवे तां उसदा भी। जी जी ਜਵਾਰ ਬਾਜਰਾ ਕੁਛ ਵੀ ਜੋ ਵੀ ਆਪਾਂ ਘਰ ਦੇ ਵਿੱਚ ਪੀਸਣਾ ਚਾਹੁੰਦੇ ਖਾਸ ਕਰਕੇ ਜੋ ਬਠਿੰਡੇ ਏਰੀਏ ਦੇ ਲੋਕ ਨੇ ਉਹ ਬਾਜਰੇ ਦਾ ਆਟਾ ਵੀ ਖਾਂਦੇ ਨੇ। ਜੌਂ ਦਾ ਆਟਾ ਬਹੁਤ ਸੋਹਣਾ ਬਣਦਾ। ਬਿਲਕੁਲ ਉਸ ਤਰ੍ਹਾਂ ਦੀਆਂ ਆਈਟਮਾਂ ਵੀ ਇਹਦੇ ਵਿੱਚ ਆਪਾਂ ਤਿਆਰ ਕਰ ਸਕਦੇ ਹਾਂ। ਬਿਲਕੁਲ ਇੱਕ ਵਾਰੀ ਆਪਾਂ ਦੇਖਣਾ ਚਾਹਾਂਗੇ ਕਿ ਵਾਕਿਆ ਦੇ ਵਿੱਚ ਹੀ ਇਸਨੇ ਬੇਸਨ ਬਣਾ ਦਿੱਤਾ ਜਾਂ ਨਹੀਂ। ਜਦੋਂ ਤੁਸੀਂ ਡੋਰ ਓਪਨ ਕਰੋਗੇ ਤਾਂ ਸਾਰੇ ਦੀ ਮੋਟਰ ਆਪਣੇ ਆਪ ਬੰਦ ਹੋ ਜਾਊਗੀ। ਜੀ ਜੀ ਬਿਲਕੁਲ। लो जी इसने तो बहुत बढ़िया बेसन तुसी देख सकते हो बिल्कुल तुहाडे सामने एकदम मुलायम और बहुत बढ़िया। इस नूं लैण दा यही फायदा है मैं तुहानूं वार वार कह रहे हैं जेडे भी लोगों ने लत्ती है उन्होंने साडे कोल भी मैसेज आए ने फोन आए ने भी बहुत बढ़िया तुसी ये वीडियो बनाई है जिसका फायदा हर एक घर नूं उठाना चाहिए जरूर। जी मैडम जी ਗਰੇਵਾਲ जी। हाँ जी हाँ जी कहना चाहूँगे होर? बस मैं तो यही कहना चाहूँगा अगे भी मैं यही सुनेहा लाया सीगा भी भाई वध तों वध लोग इस चीज़ को अपनाउन आपका घर ही जो भी उन्होंने धो के कणक तैयार की है जो आपके छोलों की दाल लेके आने छोलों की दाल तुम मैं दसिया बाजार के होलसेल रेट से 55 रुपये मिल जाती है रिटेल से 60 रुपये किलो मिलती है। बेसन तैयार होना घर 61 रुपये तो इदू वी की चीज़ हो सकती है। हम कणक 19 रुपये लो 20 रुपये थोड़े आटा तैयार है तुम एम पी वाली कणक लाओ 28 रुपये किलो मिल जाती है 29 रुपये किलो तुम आपके घर आटा तैयार करो। सो मेन तो गल है भी आटा तुसी आपदे अखां दे मूहरे तैयार करना ही करना जिहड़ी शुद्ध आपदे परिवार नूं तुसी देनी आ उह अपने आप दे विच इक मिसाल है जी। अगर इत्थे पहुंचना होवे उहदे लई थोड़ा एड्रैस थोड़ा होर सौखे तरीके नाल कोई बंदा बठिंडे आवे तां तुहाडी दुकान तक किवें पहुंचे जा सकदा? मैं सीधा सौखा जिहा तरीका दस्सां जे आपां लुधियाणे वल्लों आउंदे आ तां जिहड़ी मेन गोनियाणा रोड है जदों तुसी बठिंडा एंटर कीते बीबी वाले चौंक तों अगलियां जिहड़ियां लाइटां ने लाइटां वाला चौंक है और तुसीं इत्थों कैमरा घुमाओगे तुहानूं सामने जिहड़ा गुरु अर्जन देव जी महाराज के नाँ से गुरद्वारा साहब है यही लाइटा ने यही मेन चौंक आ चौंक तो तुसी गुरु जिहड़ा ग्रीन पैलेस वाल जाना है। सो ये ग्रीन पैलेस रोड है जिहड़ी रोड से ग्रीन पैलेस बनया हुआ मशहूर रोड है इत्थों की इस रोड के उपर सारी मैरिज पैलेस बने हुए हैं। सो सामने विश्वकर्मा मार्केट है इत्थे कारां गड्डियां दे लोकां दा काम रिपेयर हुंदा बिल्कुल उहदे आपोजिट गुरद्वारा जिवें तुसी लंघोगे पहले कट तो यू टर्न लेना साड़ी दुकान ते तुसी पहुंच जाना है। और इस तो अलावा होर की बठिंडा वाले तुसी लेके आए हो जिवें कुछ होर आइटमां भी इत्थे? हां बठिंडे तुहानूं मिलणगे जी एग्रीकल्चर स्प्रे पंप इत्थों की बेसिक लोड़ है क्योंकि ये खेतीबाड़ी दे भी काम आउंदा ते घर दे विच तुसी आपदे ट्रक ट्रालियां जिहड़े धोणे ने कद्दू कीते हो ट्रक 2 मिंट दे विच मिट्टी ला दिंदा है। हां इहदे नाल मोटर लगदी है सो हैवी ड्यूटी दे विच है। इस तों अलावा कलसी दे सारे प्रोडक्ट है आ तुसी इधर दिखा सकते हो ब्लेंडर है साडे कोले चॉपर है साडे कोले आ सुजाता कंपनी दे जूसर ने ड्रिल मशीनां अलग अलग कंपनी दीआं ने साडे कोले तुसी वड्डी रेंज है छोटी 10 mm हैगी है 13 mm है स्क्रू ड्राइवर ने उस तों बाद तुहाडे 20 mm दीआं ड्रिलां जिहड़ियां रोटरी हैमर ड्रिलां ने उह ने हैवी ड्यूटी DU-10 है जिहड़ी आम घरां दे विच वरतों विच आउंदी है 26 mm दीआं हैवी ड्रिलां ने नट खोलण वालियां जिहड़ियां
ਇੰਚੀ ਸਵਾ ਇੰਚੀ ਤੱਕ ਦੇ ਨਟ ਖੋਲਦੀਆਂ ਨੇ ਉਹ ਮਸ਼ੀਨਾਂ ਸਾਡੇ ਕੋਲ ਰਿੰਚ ਇੰਪੈਕਟ ਰਿੰਚ ਨੇ ਟਰੱਕਾਂ ਟਰੁੱਕਾਂ ਦੇ ਗੱਡੀਆਂ ਦੇ ਕੰਮ ਆਉਂਦੇ ਨੇ ਜੀ ਜੀ ਗਰੈਂਡਰ ਹਰ ਪ੍ਰਕਾਰ ਦੇ ਨੇ ਤੁਸੀਂ ਦੇਖੋ ਇਹਦੇ ਵਿੱਚ ਬੜੀ ਵੱਡੀ ਰੇਂਜ ਹੈ ਅਲੱਗ ਅਲੱਗ ਕੰਪਨੀਆਂ ਦੇ ਸਾਡੇ ਕੋਲ ਨੇ ਔਰ ਬਹੁਤ ਰੀਜ਼ਨੇਬਲ ਰੇਟਾਂ ਦੇ ਉੱਪਰ ਨੇ 5 ਇੰਚੀ ਗਰੈਂਡਰ ਹੈ ਆ ਤੁਸੀਂ ਦੇਖੋ ਕਿੰਨੀ ਵੱਡੀ ਰੇਂਜ ਹੈ ਸਾਡੇ ਕੋਲ 5 ਇੰਚੀ ਗਰੈਂਡ ਜਿਹੜੇ ਗਰੈਂਡਰ ਨੇ ਇਸ ਤਰ੍ਹਾਂ ਦੇ ਜੋ ਗਰੈਂਡਰ ਸੀ ਪਹਿਲਾਂ ਲੋਕਾਂ ਨੂੰ ਲੁਧਿਆਣੇ ਜਾਣਾ ਪੈਂਦਾ ਸੀ ਲੈਣ ਲਈ ਹੁਣ ਗਰੇਵਾਲ ਜੀ ਨੇ ਬਠਿੰਡੇ ਦੇ ਵਿੱਚ ਇੱਕ ਸ਼ੋਰੂਮ ਖੋਲ੍ਹ ਦਿੱਤਾ ਇਸ ਤਰ੍ਹਾਂ ਦੀਆਂ ਆਈਟਮਾਂ ਵੀ ਤੁਸੀਂ ਹੁਣ ਬਠਿੰਡੇ ਹੀ ਲੁਧਿਆਣੇ ਵਾਲੇ ਰੇਟਾਂ ਤੇ ਲੈ ਸਕਦੇ ਹੋ ਕਾਰ ਪੋਲਿਸ਼ਰ ਹੈ ਜੀ 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 ਇਹ ਬਹੁਤ ਕੰਮ ਆਉਂਦਾ ਹੈ ਕਾਰ ਪੋਲਿਸ਼ਿੰਗ ਜਿਹੜੇ ਲੋਕ ਘਰਾਂ ਦੇ ਵਿੱਚ ਆਪਦਾ ਪਰਸਨਲ ਤੌਰ ਤੇ ਆਪਦੀ ਕਾਰ ਨੂੰ ਕਰਦੇ ਨੇ ਵਾਸ਼ਿੰਗ ਵਾਸ਼ਿੰਗ ਕਰਦੇ ਨੇ ਉਹਦੇ ਵਾਸਤੇ ਬਹੁਤ ਵਧੀਆ ਮਾਰਬਲ ਕਟਰ ਨੇ ਹਰ ਤਰ੍ਹਾਂ ਦੇ ਸੋ ਇਹ ਬਹੁਤ ਵੱਡੀ ਰੇਂਜ ਹੈ ਠੀਕ ਹੈ ਜੀ ਆ ਤੁਸੀਂ ਦੇਖ ਹੀ ਸਕਦੇ ਹੋ ਐਗਰੀਕਲਚਰ ਸਪਰੇ ਪੰਪ ਅਲੱਗ ਅਲੱਗ ਕੰਪਨੀਆਂ ਦੇ ਔਰ ਅਲੱਗ ਅਲੱਗ ਸਾਈਜ਼ ਦੇ ਵਿੱਚ ਅਵੇਲੇਬਲ ਨੇ ਸਾਡੇ ਕੋਲ ਟਰੈਕਟਰ ਨਾਲ ਚੱਲਣ ਵਾਲੇ ਵੀ ਨੇ ਤੇ ਮੋਟਰਾਂ ਨਾਲ ਚੱਲਣ ਵਾਲੇ ਵੀ ਨੇ ਸੋ ਇਸ ਤੋਂ ਇਲਾਵਾ ਵੈਲਡਿੰਗ ਸੈੱਟ ਨੇ ਸਾਡੇ ਕੋਲੇ ਓਕੇ ਜੀ ਤੇ ਆਪ ਚੱਕੀਆਂ ਦੀ ਰੇਂਜ ਤਾਂ ਤੁਸੀਂ ਦੇਖ ਹੀ ਸਕਦੇ ਹੋ ਬੰਦ ਪਈਆਂ ਨੇ ਪੇਟੀਆਂ ਸੋ ਬਹੁਤ ਤਰ੍ਹਾਂ ਦੀਆਂ ਨੇ ਵੈਲਡਿੰਗ ਸੈੱਟ ਸਾਡੇ ਕੋਲ ਬਹੁਤ ਪਿਆਰੇ ਨੇ ਮੂਰੇ ਕਾਊਂਟਰ ਦੇ ਉੱਪਰ ਤੁਹਾਨੂੰ ਮੈਂ ਡਿਸਪਲੇ 'ਚ ਦਿਖਾਉਣਾ ਔਰ ਆ ਚੱਕੀਆਂ ਦੀ ਤੁਸੀਂ ਤੁਹਾਨੂੰ ਮੈਂ ਤਿੰਨੇ ਦਿਖਾਤੀਆਂ ਟੁੱਲੂ ਪੰਪ ਨੇ ਜਿਹੜੇ ਪਾਣੀ ਘਰ ਵਾਸਤੇ ਦੋਨੋਂ ਚਾਹੀਦੇ ਨੇ ਆ ਸਾਰੇ ਪਏ ਨੇ ਦੇਖੋ ਅੱਧਾ ਹਾਰਸ ਪਾਵਰ 1 ਹਾਰਸ ਪਾਵਰ ਦੇ ਸਾਰੇ ਪੰਪ ਜਿਹੜੇ ਘਰਾਂ ਦੇ ਵਿੱਚ ਤੁਹਾਡੇ ਲੱਗਦੇ ਨੇ ਇਹ ਸਾਰੇ ਸਾਡੇ ਕੋਲ ਤੁਹਾਨੂੰ ਮਿਲ ਜਾਣਗੇ ਇੱਥੇ ਜੀ ਬਾਹਰ ਆ ਕੇ ਤੁਸੀਂ ਦੇਖ ਸਕਦੇ ਹੋ ਵੱਡੀ ਰੇਂਜ ਕਲਸੀ ਪ੍ਰੋਡਕਟ ਨੇ ਸਾਰੇ ਤੁਸੀਂ ਦੇਖੋ ਜਿਹੜਾ ਇੰਸਟੈਂਟ ਹੈਗਾ ਆ ਜਿਹੜਾ ਹਾਂ ਜੂਸਰ ਹੈ ਇਹ ਬਹੁਤ ਜਲਦੀ ਜੂਸ ਬਣਾ ਦਿੰਦਾ ਸਿਰਫ ਮਸੰਮੀ ਕੱਟ ਕੇ ਰੱਖਣੀ ਆ ਤੁਸੀਂ ਉਹਨੂੰ ਪ੍ਰੈਸ ਕਰਨਾ ਔਰ ਤੁਹਾਡੀ ਤਿਆਰ ਹੈ ਕਲਸੀ ਦਾ ਪ੍ਰੋਡਕਟ ਸਾਡੇ ਕੋਲ ਹਰ ਰੇਂਜ ਮਿਲੂਗੀ ਸਾਗ ਕੱਟਣ ਵਾਲੀਆਂ ਮਸ਼ੀਨਾਂ ਹੱਥ ਨਾਲ ਘੁਮਾਉਣ ਵਾਲੀਆਂ ਜੂਸ ਮਸ਼ੀਨਾਂ ਬਾਕੀ ਆ ਬੋਰਡ ਦੇ ਉੱਪਰ ਵੱਡੀਆਂ ਆਈਟਮਾਂ ਇਹ ਲੁਧਿਆਣੇ ਮੇਰੇ ਕੋਲ ਅਵੇਲੇਬਲ ਨੇ ਬਠਿੰਡੇ ਵਾਲੇ ਜੋ ਵੀ ਚਾਹੁੰਗੇ ਉਹ ਇਹਨਾਂ ਨੂੰ ਬਠਿੰਡੇ ਮਿਲੂਗਾ ਜੀ ਜੀ ਮੈਂ ਤੁਹਾਨੂੰ ਇਹ ਵੀ ਦੱਸਦਾ ਵੀ ਜਿਹੜਾ ਬਠਿੰਡੇ ਦਾ ਸਾਡਾ ਸ਼ੋਰੂਮ ਹੈ ਉਹਦਾ ਜਿਹੜਾ ਇੰਚਾਰਜ ਆ ਉਹ ਸੁਖਪ੍ਰੀਤ ਸਿੰਘ ਬੁੱਟਰ ਹੈ ਸਤਿ ਸ਼੍ਰੀ ਅਕਾਲ ਜੀ ਉਹ ਇੱਥੇ ਸਾਰਾ ਜਿਹੜਾ ਸ਼ੋਰੂਮ ਦਾ ਕਰਤਾ ਧਰਤਾ ਇਹੀ ਨੇ ਸੋ ਕੋਈ ਵੀ ਤੁਹਾਨੂੰ ਸਵਾਲ ਹੋਵੇ ਕੋਈ ਵੀ ਹੋਵੇ ਤੁਹਾਨੂੰ ਦਿੱਕਤ ਆਵੇ ਤੁਸੀਂ ਸੁਖਪ੍ਰੀਤ ਸਿੰਘ ਨਾਲ ਕੰਟੈਕਟ ਕਰਨਾ ਮੇਰੇ ਨੰਬਰ ਤੁਹਾਡੇ ਕੋਲ ਹੈਗੇ ਨੇ 98 151 4841 98 722 7430 ਸੋ ਇਹ ਮੇਰੇ ਦੋ ਨੰਬਰ ਤੁਸੀਂ ਯਾਦ ਰੱਖਣੇ ਨੇ ਔਰ ਉਸ ਤੋਂ ਇਲਾਵਾ ਕੋਈ ਵੀ ਬਠਿੰਡੇ ਸੰਬੰਧੀ ਕੋਈ ਵੀ ਇਨਕੁਆਇਰੀ ਹੈ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਸੁਖਪ੍ਰੀਤ ਸਿੰਘ ਨੂੰ ਤੁਸੀਂ ਧਿਆਨ ਪਿਆਰ ਦੇਣਾ ਹੈ ਜਿਵੇਂ ਮੈਨੂੰ ਲੁਧਿਆਣੇ ਤੁਸੀਂ ਬਖਸ਼ਿਆ ਬਹੁਤ ਬਠਿੰਡੇ ਵਾਲੇ ਤਾਂ ਬਠਿੰਡੇ ਤੋਂ ਲੈ ਲੈਣਗੇ ਇਸ ਤੋਂ ਇਲਾਵਾ ਜਿਵੇਂ ਤੁਸੀਂ ਪਹਿਲਾਂ ਬਾਹਰ ਭੇਜੀ ਹੈ ਔਨਲਾਈਨ ਭੇਜੀ ਹੈ ਉਹ ਤਾਂ ਸਰਵਿਸ ਚੱਲਦੀ ਰਹੂਗੀ ਨਾ ਬਿਲਕੁਲ ਜੀ ਬਿਲਕੁਲ ਉਹ ਸਰਵਿਸ ਜਿਹੜੀ ਜਿਨ੍ਹਾਂ ਨੂੰ ਬਠਿੰਡਾ ਨੇੜੇ ਪਊਗਾ ਮੈਂ ਬਠਿੰਡੋ ਡਿਲੀਵਰੀ ਦੇਊਂਗਾ ਜਿਨ੍ਹਾਂ ਨੂੰ ਲੁਧਿਆਣੇ ਤੋਂ ਡਿਲੀਵਰੀ ਨੇੜੇ ਪਊਗੀ ਮੈਂ ਲੁਧਿਆਣੇ ਦੇਊਂਗਾ ਬਿਲਕੁਲ ਔਰ ਰਾਮਪੁਰਾ ਫੂਲ ਤੋਂ ਇੱਕ ਕਸਟਮਰ ਆਏ ਹੋਏ ਨੇ ਉਹ ਪਹਿਲਾਂ ਕਹਿੰਦੇ ਲੁਧਿਆਣੇ ਗਏ ਸੀ ਉਹਨਾਂ ਨੂੰ ਦੱਸਿਆ ਗਿਆ ਵੀ ਬਠਿੰਡੇ ਸ਼ੋਰੂਮ ਖੁੱਲ੍ਹਣਾ ਤਾਂ ਕਹਿੰਦੇ ਅਸੀਂ ਕੋਈ ਗੱਲ ਨਹੀਂ ਬਠਿੰਡੇ ਜਾਵਾਂਗੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਆਪਣਾ ਸਰਬਜੀਤ ਸਿੰਘ ਹੈ ਸਰਬਜੀਤ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਜੇਠੂ ਕੇ ਪਿੰਡ ਹੈ ਰਾਮਪੁਰਾ ਫੂਲ ਰਾਮਪੁਰਾ ਫੂਲ ਔਰ ਅੱਜ ਗਰੇਵਾਲ ਜੀ ਨੇ ਜੋ ਲੁਧਿਆਣੇ ਵਾਲੇ ਨੇ ਆਟਾ ਚੱਕੀ ਵਾਲੇ ਉਹਨਾਂ ਨੇ ਬਠਿੰਡੇ ਦੇ ਵਿੱਚ ਸ਼ੋਰੂਮ ਖੋਲ੍ਹਿਆ ਔਰ ਤੁਸੀਂ ਇੱਥੋਂ ਦੇ ਪਹਿਲੇ ਗ੍ਰਾਹਕ ਹੋ ਔਰ ਤੁਹਾਨੂੰ ਕੀ ਲੱਗਦਾ ਵੀ ਇਹਦਾ ਬਹੁਤ ਫਾਇਦਾ ਇੱਥੇ ਦੇ ਲੋਕਾਂ ਨੂੰ ਹੋਣ ਵਾਲਾ ਜਾਂ ਨਹੀਂ ਬਿਲਕੁਲ ਜੀ ਮੈਂ ਤਾਂ ਵੀਡੀਓ ਦੇਖੀ ਸੀ ਪਹਿਲਾਂ ਤੁਹਾਡੀ ਸ਼ਾਇਦ ਅਤੇ ਲੁਧਿਆਣੇ ਗਿਆ ਮੈਂ ਉਸ ਦਿਨ ਇਹਨਾਂ ਨੇ ਦੱਸਿਆ ਵੀ ਅਸੀਂ ਬਠਿੰਡੇ ਵੀ ਖੋਲ੍ਹ ਰਹੇ ਹੈਗੇ ਆਪਦਾ ਸ਼ੋਰੂਮ ਓਕੇ ਜੀ ਚਲੋ ਸਾਨੂੰ ਫਿਰ ਬਹੁਤ ਵਧੀਆ ਗੱਲ ਆ ਵੀ ਜੇ ਬਠਿੰਡੇ ਖੋਲ੍ਹ ਜਾਂ ਬਠਿੰਡੇ ਦੇ ਜੋ ਕਸਟਮਰ ਆ ਗਏ ਆਸ ਪਾਸ ਦੇ ਜਿਵੇਂ ਏਰੀਏ ਨੇ ਮਾਨਸਾ ਰਾਮਪੁਰਾ ਅਬੋਹਰ ਮਲੋਟ ਉਹਨਾਂ ਦੀ ਗੱਲ ਕਰੀਏ ਕਿ ਉਹਨਾਂ ਲੋਕਾਂ ਨੂੰ ਇਹ ਲੈਣੀ ਚਾਹੀਦੀ ਚੱਕੀ ਇਸ ਤਰ੍ਹਾਂ ਬਿਲਕੁਲ ਲੈਣੀ ਚਾਹੀਦੀ ਹੈ ਕਿਉਂਕਿ ਅਸੀਂ ਹੁਣ ਮਲਟੀਗ੍ਰੇਨ ਵਰਤਦੇ ਹਾਂਗੇ ਬਾਜ਼ਾਰੋਂ ਲਿਆਉਂਦੇ ਹਾਂ ਜੋ ਬਾਕੀ 6-7 ਤਰ੍ਹਾਂ ਦੇ ਆਟੇ ਉਹ ਸਾਨੂੰ ਨਹੀਂ ਪਤਾ ਵੀ ਉਹਦੇ 'ਚ ਕਿੰਨਾ ਕੁ ਮਿਲਾਵਟ ਹੈ ਕੀ ਕੁਛ ਹੈਗਾ ਇਹ ਸਾਹਮਣੇ ਜਦੋਂ ਅਸੀਂ ਆਪ ਘਰ ਇਹਨੂੰ ਵਰਤਾਂਗੇ ਤਾਂ ਆਪਦੇ ਸਾਹਮਣੇ ਪੀਹਾਂਗੇ ਆਪਦੇ ਹੱਥਾਂ ਨਾਲ ਪੀਹਾਂਗੇ ਤਾਂ ਬਿਲਕੁਲ ਸਾਨੂੰ ਕੁਆਲਿਟੀ ਮਿਲੂਗੀ ਇਸ ਤਰ੍ਹਾਂ ਤੁਸੀਂ ਗਰੇਵਾਲ ਸਾਹਿਬ ਜੀ ਨੂੰ ਲੁਧਿਆਣੇ ਦੇ ਵਿੱਚ ਪਿਆਰ ਦਿੱਤਾ ਆਸ਼ਕ ਕਰਦੇ ਹਾਂ ਤੁਸੀਂ ਉਸ ਤੋਂ ਵੀ ਵੱਧ ਪਿਆਰ ਬਠਿੰਡੇ ਵਾਲਿਆਂ ਨੂੰ ਖਾਸ ਕਰਕੇ ਬਠਿੰਡੇ ਵਾਲਿਓ ਤੁਹਾਡੇ ਲਈ ਇਹ ਵੀਡੀਓ ਸਪੈਸ਼ਲ ਬਣਾਈ ਹੈ ਲੁਧਿਆਣੇ ਤੋਂ ਆ ਕੇ ਔਰ ਗਰੇਵਾਲ ਸਾਹਿਬ ਜੀ ਨੇ ਵੀ ਸ਼ੋਰੂਮ ਤੁਹਾਡੇ ਲਈ ਖੋਲ੍ਹਿਆ ਵੀ ਇਹ ਏਰੀਏ ਨੂੰ ਇਸ ਦਾ ਵੱਧ ਤੋਂ ਵੱਧ ਫਾਇਦਾ ਮਿਲ ਸਕੇ ਔਰ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਸਭ ਦਾ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਦੇ ਰਹੋ ਡਿਜੀਟਲ ਪੰਜਾਬ ਲਾਈਵ